अगर आपने हमारे चैनल को सब्सक्राइब नहीं किया है तो इसे सब्सक्राइब कर लें। विश्व चिड़िया दिवस अलोप हुई पंछी प्रजातियों को वापस लाने के लिए दुनिया भर में मनाया जाता है। जिला बरनाला के गांव थौला का नौजवान संदीप थौला, जो पंछी प्रेमी और पर्यावरण के लिए पूरे पंजाब में अपना एक अहम स्थान रखता है, पंछियों की प्रजातियों को मूड बसाने के लिए संदीप थौला ने पूरे पंजाब में 20,000 के करीब पंजाब के कोने कोने में आशियाने घोंसले लगाए हैं। संदीप थौला ने अपने गाँव थौला में भी गाँव की मदद से छोटे 15 जंगल तैयार करके उसमें तकरीबन 3,000 घोंसले आशियाने लगाए हैं और इस जंगलों में अलोप हो चुकी सैकड़ों तरह की पंछी प्रजातियां देखने को मिलती है। दूर दराज से लोग भी इन पंछी प्रजातियों को देखने के लिए गांव थौला पहुंचते हैं। आज विश्व चिड़िया दिवस के मौके पर 200 आशियाना घोंसला और लगाया गए संदीप थौला को दृष्टि पंजाब कनाडा की संस्था की तरफ से सम्मानित भी किया गया है। 20 मार्च 2020 ਨੂੰ ਜੀ ਕੁਦਰਤ ਪ੍ਰੇਮੀ ਸੁਸਾਇਟੀ ਧੌਲਾ ਸਮੂਹ ਨਗਰ ਨਿਵਾਸੀ ਪਿੰਡ ਧੌਲਾ ਅਤੇ NRI ਵੀਰ ਦੇ ਸਹਿਯੋਗ ਨਾਲ ਅਤੇ ਨਗਰ ਪੰਚਾਇਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜੀ। ਅਸੀਂ ਅੱਜ ਜੀ ਲਗਭਗ 200 ਘੋਸਲਾ ਲਾ ਰਹੇ ਹਾਂ ਜੀ, ਅਤੇ ਜਿਸ ਵਿੱਚ ਸਾਨੂੰ ਹਰ ਸਾ ਦੇਖਣ 'ਚ ਆਇਆ ਵੀ ਘਰੇਲੂ ਚਿੜੀਆਂ ਵਿਰਾਸਤੀ ਚਿੜੀਆਂ ਦਾ ਪਿੰਡ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਜੀ। ਅੱਜ ਜਿਹੜਾ ਕੁਦਰਤੀ ਪ੍ਰੇਮੀ ਸਾਡੀ ਸੁਸਾਇਟੀ ਬਣੀ ਹੋਈ ਹੈ ਨਾ, ਇਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਹਦਾ ਚਿੜੀ ਦਿਵਸ ਮਨਾਇਆ ਜਾ ਰਿਹਾ। ਅਸੀਂ ਮਤਲਬ ਇਹ ਸਾਰੇ ਪੰਚਾਇਤਾਂ ਨਗਰ ਪੰਚਾਇਤਾਂ ਦੇ ਸਹਿਯੋਗ ਨਾਲ, NRI ਵੀ ਦੇ ਸਹਿਯੋਗ ਨਾਲ ਅਤੇ ਪਿੰਡ ਦੇ ਸਹਿਯੋਗ ਨਾਲ ਜਿਹੜਾ ਸੁਸਾਇਟੀ ਬਣੀ ਵੀ ਆ, ਇਹਦੇ ਪ੍ਰਧਾਨ ਸਾਡੇ ਸੰਦੀਪ ਬਾਬਾ ਜੀ, ਇਹਨਾਂ ਨੇ ਬਹੁਤ ਉਪਰਾਲਾ ਕੀਤਾ ਹੋਇਆ ਆਪਣੇ ਨੌਜਵਾਨਾਂ ਨੂੰ ਨਾਲ ਲੈ ਕੇ। ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਇਹ ਆਪਣਾ ਚਿੜੀ ਦਿਵਸ ਦੇ ਸੰਬੰਧ ਵਿੱਚ ਮਨਾਉਂਦੇ ਆ ਰਹੇ ਨੇ। ਹਾਂਜੀ ਹੁਣ NRI ਵੀਰ ਗੱਲ ਕਰਕੇ ਗਏ ਨੇ, ਇਹ ਵੀ ਮਤਲਬ ਉੱਥੇ ਜਾ ਕੇ ਵੀਡੀਓ ਕਾਲ 'ਤੇ ਦੇਖਦੇ ਨੇ ਸਾਰਾ ਕੁਛ, ਅਤੇ ਇਹਨੇ ਮਤਲਬ ਸਾਨੂੰ ਬਹੁਤ ਸਹਿਯੋਗ ਆ ਮਤਲਬ ਇਹਦੇ ਵਿੱਚ ਸੁਸਾਇਟੀ ਨੂੰ, ਮਤਲਬ ਜਿਹੜਾ ਬਾਹਰੋਂ ਹੋ ਰਿਹਾ ਇਹ ਬਹੁਤ ਵਧੀਆ ਇਹਨਾਂ ਦਾ ਕਦਮ ਹੈ। ਅੱਜ ਜਿਹੜਾ ਚਿੜੀ ਦਿਵਸ ਦੁਨੀਆ ਪੱਧਰ 'ਤੇ ਮਨਾਇਆ ਜਾਂਦਾ, ਇਸ ਦੀ ਦੁਨੀਆ ਪੱਧਰ 'ਤੇ ਬਹੁਤ ਮਹੱਤਤਾ ਹੈ। ਜਿਵੇਂ ਸਾਥੀ ਪ੍ਰੇਮਜੀਤ ਜੀ ਪਹਿਲਾਂ ਕਹਿ ਕੇ, ਮੈਂ ਉਹਦੇ 'ਚ ਵਾਧਾ ਕਰਨਾ ਚਾਹੁੰਦਾ ਕਿ ਪਿਛਲੇ ਸਮੇਂ ਚੀਨ ਨੇ ਕਿਤੇ ਉਹਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਸੀ, ਚਿੜੀਆਂ ਮਾਰਤੀਆਂ ਸਪਰੇਆਂ ਕਰ, ਤਾਂ ਉਸ ਤੋਂ ਬਾਅਦ ਉੱਥੇ ਕਾਲ ਪੈ ਗਿਆ, ਕਾਲ ਪੈ ਕੇ ਦੁਨੀਆ ਭੁੱਖੀ ਮਰਨ ਲੱਗੀ। ਫਿਰ ਉਹਨਾਂ ਨੇ ਆਪਦੇ ਵਿਗਿਆਨਿਕਾਂ ਨੂੰ ਮਤਲਬ ਸਰਚ ਕਰਕੇ ਕੀਤਾ ਕਿ ਸਾਨੂੰ ਜਾਨਵਰ ਓਨੇ ਜ਼ਰੂਰੀ ਨੇ ਜਿੰਨੀ ਮਨੁੱਖਤਾ ਜ਼ਰੂਰੀ ਹੈ, ਅਤੇ ਇਸ ਲਈ ਜਿਹੜੀ ਹੈਗੀ ਹੈ ਜਾਨਵਰਾਂ ਦੀ, ਉਹ ਇਸ ਧਰਤੀ 'ਤੇ ਦੁਨੀਆ ਪੱਧਰ ਦੀ ਧਰਤੀ 'ਤੇ ਰਹਿਣ ਦਾ ਓਨਾ ਹੀ ਹੱਕ ਜਿਸ ਤਰ੍ਹਾਂ ਇਨਸਾਨ ਨੂੰ, ਇਸ ਤਰ੍ਹਾਂ ਹੀ ਇਹਨਾਂ ਨੂੰ ਪਸ਼ੂ ਪੰਛੀਆਂ ਨੂੰ ਅਤੇ ਜਾਨਵਰਾਂ ਨੂੰ, ਇਹਨਾਂ ਪੰਛੀ ਚਿੜੀਆਂ ਨੂੰ ਸਭ ਤੋਂ ਵੱਧ ਚਿੜੀਆਂ ਨੂੰ, ਕਿਉਂਕਿ ਚਿੜੀਆਂ ਪਹਿਲਾਂ ਹੈ ਜਿਹੜੀ ਇਨਸਾਨ ਦਾ ਜਾਂ ਪ੍ਰਭੂ ਦਾ ਗੁਣ ਗਾਉਂਦੀ ਹੈ ਅਤੇ ਫਿਰ ਇਨਸਾਨ ਜਾਗਦਾ। ਇਸ ਕਰਕੇ ਜਿਹੜਾ ਹੈਗਾ ਇਹ ਸਾਨੂੰ ਸੰਦੇਸ਼ ਦਿੰਦੀ ਹੈ, ਕੁਦਰਤ ਇਹਨਾਂ ਜਾਨਵਰਾਂ ਰਾਹੀਂ, ਪੌਦਿਆਂ ਰਾਹੀਂ ਅਤੇ ਫੁੱਲ ਬੂਟੀਆਂ ਰਾਹੀਂ ਕੁਦਰਤ ਹੱਸਦੀ ਹੈ। ਜਿਹੜੀ ਬਾਬੇ ਨਾਨਕ ਨੇ ਆਰਤੀ ਦਾ ਸ਼ਬਦ ਕੁਦਰਤ ਨੂੰ ਦੇਖ ਕੇ ਲਿਖਿਆ ਹੋਇਆ, ਜਿਹੜਾ ਹੈਗਾ ਬਿਲਹਾਰੀ ਕੁਦਰਤ ਵਸਿਆ ਤੇਰਾ ਅੰਤਰਾ ਜਾਈ ਲਿਖਿਆ, ਉਹਦੇ ਵਿੱਚ ਇਹ ਸਾਰੇ ਪਸ਼ੂ ਪੰਛੀ ਆਉਂਦੇ ਨੇ। ਖੁਰਾਕ ਤਾਂ ਜੀ ਕੁਛ ਤਾਂ ਇਹ ਆਪਣੇ ਆਪ ਹੀ ਲੜਨ ਦੀ, ਕੁਛ ਅਸੀਂ ਸਵੇਰੇ ਚੋਗਾ ਪਾਉਂਦੇ ਹਾਂ, ਕਟੋਰਿਆਂ ਦੇ ਵਿੱਚ ਵੀ ਧਰਦੇ ਹਾਂ, ਅਤੇ ਆਮ ਖੁੱਲ੍ਹੀ ਜਨਤਕ ਥਾਵਾਂ ਦੇ ਖੁੱਲ੍ਹੇ ਤਾਂ ਜਗ੍ਹਾ 'ਤੇ ਪਾ ਕੇ ਵੀ ਆਉਂਦੇ ਹਾਂ ਸਵੇਰੇ, ਅਤੇ 2008 ਤੋਂ ਕਰ ਰਹੇ ਹਾਂ ਜੀ ਇਹ। ਅਤੇ ਅੱਜ ਵਰਲਡ ਚਿੜੀ ਦਿਵਸ ਦੇ ਉੱਤੇ ਅਸੀਂ ਆਲਣੇ ਵੀ ਲਾ ਰਹੇ ਹਾਂ ਜੀ, ਅਤੇ ਬੂਟੇ ਵੀ ਲਾ ਰਹੇ ਹਾਂ ਝਾੜੀਦਾਰ। ਕੀ ਸੰਦੇਸ਼ ਦੇਣਾ ਚਾਹੁੰਦੇ? ਬਸ ਸੰਦੇਸ਼ ਤਾਂ ਇਹੀ ਆ ਜੀ, ਆਪਾਂ ਨੂੰ ਜਿਹੜੀ ਕੁਦਰਤੀ ਚੈਨ ਆ ਇਹਨੂੰ ਤੋੜਨਾ ਨਹੀਂ ਚਾਹੀਦਾ, ਇਹਦੇ ਮੁਤਾਬਕ ਚੱਲਣਾ ਚਾਹੀਦਾ, ਇਹਨਾਂ ਵਾਸਤੇ ਮੁੜ ਸੇਵਾ ਪੰਛੀਆਂ ਵਾਸਤੇ ਆਪਾਂ ਨੂੰ ਕਰਨਾ ਚਾਹੀਦਾ, ਆਲਣੇ ਲਾਉਣੇ ਚਾਹੀਦੇ ਆ ਘਰਾਂ, ਜਿਹੜੇ ਨਵੇਂ ਘਰ ਬਣਾ ਰਹੇ ਹਾਂ ਆਪਾਂ ਉਹਦੇ ਵਿੱਚ ਆਪਾਂ ਨੂੰ ਖੁੱਡਾਂ ਵਗੈਰਾ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਆਪਦਾ ਮੁੜ ਸੇਵਾ ਕਰ ਸਕਣ। ਅਸੀਂ ਕੁਦਰਤ ਪ੍ਰੇਮੀ ਜਿਹੜੀ ਟੀਮ ਧੌਲਾ ਉਹਨੂੰ ਬਹੁਤ ਮੁਬਾਰਕਬਾਦ ਦਿੰਦੇ ਹਾਂ, ਔਰ ਜਿਹੜਾ ਸਾਡਾ ਬਾਈ ਸੰਦੀਪ ਨੇ ਕੁਛ ਸਾਲ ਪਹਿਲਾਂ ਜੋ ਇੱਕ ਚਿੰਗਿਆੜੀ ਆਪਦੇ ਮਨ 'ਚ ਵਾਲੀ ਸੀਗੀ ਕਿ ਜਿਹੜੇ ਸਾਡੇ ਪੰਛੀ ਬਾਹਰ ਜਾ ਰਹੇ ਨੇ ਉਹਨਾਂ ਨੂੰ ਆਪਾਂ ਕਿਵੇਂ ਮਤਲਬ ਵਾਪਸ ਲਿਆਈਏ, ਉਹਨਾਂ ਨੇ ਇੱਕੋ ਹੀ ਬੇ ਲੱਭਿਆ ਕਿ ਦਰਖਤ ਲਾਏ ਜਾਣ, ਵੱਧ ਤੋਂ ਵੱਧ ਜਿਹੜੇ ਆਲਣੇ ਲਗਾਏ ਜਾਣ। ਉਹਨਾਂ ਨੇ ਇੱਕ ਬੂਟਾ ਲਾਇਆ ਸੀ ਜਿਹੜਾ ਅੱਜ ਬੂਟਾ ਬਹੁਤ ਵੱਡਾ ਫਲ ਫੁੱਲ ਗਿਆ, ਅਤੇ ਅੱਜ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਕਿੰਨੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ, ਸਰਪੰਚ ਸਾਹਿਬਾਨ, ਪੰਚ ਸਾਹਿਬਾਨ ਖੜ੍ਹੇ ਨੇ, ਅਤੇ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਅਸੀਂ ਅੱਜ ਅਸੀਂ ਘੱਟ ਤੋਂ ਘੱਟ 200 ਘੋਸਲਾ ਲਾ ਰਹੇ ਹਾਂ, ਔਰ ਇਸ ਤੋਂ ਵੱਧ ਵੀ ਲਾਉਣ ਦੀ ਸਾਡੀ ਅੱਜ ਮਤਲਬ ਹੈਗੀ ਆ ਉਮੀਦ ਵੀ ਅਸੀਂ ਬਹੁਤ ਜ਼ਿਆਦਾ ਘੋਸਲੇ ਲਾਵਾਂਗੇ।
ਇਹ ਉਪਰਾਲਾ ਹੀ ਅਸੀਂ ਜਿਹੜੇ ਆਪਣੇ ਪੰਜ ਛੇ ਦੀਆਂ ਪ੍ਰਜਾਤੀਆਂ ਜਿਹੜੀਆਂ ਅਲੋਪ ਹੋ ਰਹੀਆਂ ਸੀਗੀਆਂ ਉਹਨਾਂ ਦੇ ਮੁੜ ਵਸੇਵੇ ਲਈ ਅਸੀਂ 2008 ਤੋਂ ਜਿਹੜੀ ਸਾਡੀ ਕੁਦਰਤ ਪ੍ਰੇਮੀ ਸੁਸਾਇਟੀ ਹੈ ਉਹਦੇ ਸਹਿਯੋਗ ਨਾਲ ਅਸੀਂ ਜਿਹੜਾ ਇਹ ਵੱਖ ਵੱਖ ਤਰ੍ਹਾਂ ਦੇ ਜਿਹੜੇ ਆਲਣੇ ਲਗਾ ਰਹੇ ਹਾਂ ਅਤੇ ਵਿਰਾਸਤੀ ਦਰੱਖਤ ਲਗਾ ਰਹੇ ਹਾਂਗੇ। ਇਹ ਜਿਹੜੀਆਂ ਇੱਕ ਕੁਦਰਤੀ ਚੇਨ ਟੁੱਟ ਰਹੀ ਹੈ ਆਪਣੀ, ਪੰਛੀ ਅਲੋਪ ਹੋ ਰਹੇ ਨੇਗੇ ਕਿਉਂਕਿ ਮਨੁੱਖ ਦੇ ਸਭ ਤੋਂ ਅਜੀਜ਼ ਮਿੱਤਰ ਪੰਛੀ ਨੇਗੇ। ਜਦੋਂ ਸਾਡੀ ਕੁਦਰਤ ਹੀ ਅਲੋਪ ਹੋ ਜਾਊਗੀ, ਪੰਛੀ ਸਾਡੇ ਮਿੱਤਰ ਅਲੋਪ ਹੋ ਜਾਣਗੇ, ਤਾਂ ਸਾਨੂੰ ਇਹ ਕੁਦਰਤ ਦਾ ਖਮਿਆਜ਼ਾ ਜਿਹੜਾ ਬਹੁਤ ਗਲਤ ਤਰੀਕੇ ਨਾਲ ਕਹਿ ਸਕਦੇ ਹਾਂ ਭੁਗਤਣਾ ਪੈ ਸਕਦਾ ਗਾ। ਇਹ ਕੁਦਰਤ ਨੂੰ ਬਚਾਉਣ ਦੇ ਲਈ ਅਸੀਂ ਵੱਖ ਵੱਖ ਤਰ੍ਹਾਂ ਦੇ ਯਤਨ ਕਰ ਰਹੇ ਹਾਂਗੇ, ਜਿੱਦਾਂ ਵੀ ਆਲਣੇ ਲਗਾ ਰਹੇ ਹਾਂਗੇ ਉਹਨਾਂ ਵਾਸਤੇ, ਜਿਹੜੇ ਦਰੱਖਤ ਲਗਾ ਰਹੇ ਹਾਂਗੇ, ਪਲਾਂਟੇਸ਼ਨ ਕਰ ਰਹੇ ਹਾਂਗੇ ਵੱਖ ਵੱਖ ਖੇਤਰਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਾ ਕੇ। ਅਤੇ ਬਾਕੀ ਅੱਜ ਜਿਹੜਾ ਵਿਸ਼ਵ ਦਿਵਸ ਚਿੜੀ ਦਿਵਸ ਹੈ, ਇਸ ਦੇ ਉੱਪਰ ਅਸੀਂ ਆਪਣਾ ਜਿਹੜੇ 200 ਦੇ ਕਰੀਬ ਜਿਹੜੇ ਆਲਣੇ ਲਗਾ ਰਹੇ ਹਾਂਗੇ ਅਤੇ ਨਾਲ ਹੀ ਜਿਹੜੇ ਰੁੱਖ ਵੀ ਲਗਾ ਰਹੇ ਹਾਂਗੇ। ਅਸੀਂ ਜੀ ਚਿੜੀਆਂ ਨੂੰ ਬਚਾਉਣ ਦੇ ਲਈ 2008 ਤੋਂ ਮੁਹਿੰਮ ਵਿੱਢੀ ਹੋਈ ਹੈ, ਕਿਉਂਕਿ ਅਸੀਂ ਦੇਖਦੇ ਹੁੰਦੇ ਸੀ ਪੁਰਾਣੇ ਜੋ ਛੋਟੇ ਹੁੰਦੇ ਸੀ ਵੀ ਚਿੜੀਆਂ ਬਹੁਤ ਹੁੰਦੀਆਂ ਸੀ, ਪਰ ਜਦੋਂ ਅਸੀਂ ਦੇਖਿਆ ਵੀ ਹੁਣ ਚਿੜੀਆਂ ਖਤਮ ਹੋ ਰਹੀਆਂ ਨੇ, ਫਿਰ ਅਸੀਂ ਕਾਰਨ ਲੱਭੇ ਵੀ ਕੀ ਕਾਰਨ ਨੇ ਵੀ ਇਹਨਾਂ ਦੇ ਖਤਮ ਹੋਣ ਦੇ। ਉਹਦੇ ਵਿੱਚ ਅਸੀਂ ਕਾਰਨ ਪਾਏ ਵੀ ਇਹਨਾਂ ਨੂੰ ਬਰੀਡਿੰਗ ਦੇ ਲਈ ਜਗ੍ਹਾ ਨਹੀਂ ਮਿਲ ਰਹੀ, ਇਹਨਾਂ ਦੇ ਪਸੰਦੀਦੇ ਰੁੱਖ ਆ ਜਿਹੜੇ ਉਹ ਇਨਸਾਨ ਨੇ ਪੱਟ ਦਿੱਤੇ ਨੇ, ਅਤੇ ਇਹਦੇ ਕਰਕੇ ਅਸੀਂ ਇੱਦਾਂ ਦੇ ਇਹਨਾਂ ਨੂੰ ਇਨਵਾਇਰਮੈਂਟ ਇੱਦਾਂ ਦਾ ਦਿੰਦੇ ਰਹੇ ਅਤੇ ਚਿੜੀਆਂ ਜਿਹੜੀਆਂ ਹੈਗੀਆਂ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ। ਅਤੇ ਜਿਹੜਾ ਵਿਸ਼ਵ ਚਿੜੀ ਦਿਵਸ ਹੈ, ਇਹ ਸ਼ੁਰੂ ਹੀ ਇੱਦਾਂ ਕੀਤਾ ਸੀ ਵੀ ਚਿੜੀਆਂ ਅਲੋਪ ਹੋ ਰਹੀਆਂ ਸੀ, ਅਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈਗਾ ਵਿਸ਼ਵ ਚਿੜੀ ਦਿਵਸ ਮਨਾਇਆ। ਉਹਦੇ ਉੱਪਰ 200 ਜਿਹੜੇ ਹੈਗੇ ਆ ਚਿੜੀਆਂ ਦੇ ਆਲਣੇ ਅਤੇ 100 ਜਿਹੜਾ ਹੈਗਾ ਝਾੜੀਦਾਰ ਰੁੱਖ ਜਿਹੜਾ ਅਸੀਂ ਲਾਇਆ। ਦੇਖੋ ਜੀ, ਆਲਣਿਆਂ ਦੇ ਰੂਪ ਦੇ ਵਿੱਚ ਅਤੇ ਫਿਰ ਇਹਨਾਂ ਨੂੰ ਪਾਣੀ, ਇਹਨਾਂ ਦੀ ਫੀਡ, ਇਹਨਾਂ ਦੇ ਪਸੰਦੀਦੇ ਰੁੱਖ, ਇਹੀ 4 ਚੀਜ਼ਾਂ ਸੀ ਜਿਹੜੀਆਂ ਦੀ ਕਮੀ ਹੋਈ ਸੀ, ਉਹ ਅਸੀਂ ਪੂਰੀ ਕੀਤੀ। ਹੁਣ ਹਜ਼ਾਰ 500 ਜਿਹੜੀ ਅਲੱਗ ਅਲੱਗ ਜਗ੍ਹਾ 'ਤੇ ਚਿੜੀਆਂ ਦੀ ਡਾਰ ਆਪਣੇ ਪਿੰਡ ਦੇ ਵਿੱਚ ਹੈਗੀ ਆ, ਬਹੁਤ ਸਾਰੀਆਂ ਚਿੜੀਆਂ ਸਾਡੇ ਪਿੰਡ ਦੇ ਵਿੱਚ ਮੁੜ ਆਈਆਂ ਨੇ। ਸਾਡੇ ਪਿੰਡ ਦੇ ਵਿੱਚ ਅਸੀਂ 3000 ਦੇ ਤਕਰੀਬਨ ਆਲਣੇ ਲਾਏ ਆ, ਅਤੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਆਲਣਿਆਂ ਦੀ ਗਿਣਤੀ 20,000 ਹੋ ਚੁੱਕੀ ਹੈ। ਅਤੇ ਜਿਹੜਾ ਅੱਗੇ ਸਾਡਾ ਇਹੀ ਸੋਚ ਆ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਆਲਣੇ ਲਾਈਏ ਅਤੇ ਉਹਨਾਂ ਦੇ ਪਸੰਦੀਦੇ ਰੁੱਖ ਲਾਈਏ, ਤਾਂ ਜੋ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਘਰੇਲੂ ਚਿੜੀ, ਸਾਡੀ ਮਿੱਤਰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹ ਮਨੁੱਖ ਦਾ ਸਹਾਰਾ ਭਾਲਦੀ ਆ, ਜਿੱਥੇ ਮਨੁੱਖ ਹੈ ਉੱਥੇ ਇਹ ਰਹਿਣਾ ਪਸੰਦ ਕਰਦੀ ਆ। ਅਸੀਂ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਜਾਣੀ 25,000-30,000 ਜਿਹੜਾ ਹੈਗਾ ਰੁੱਖ ਲਾਇਆ, ਅਤੇ ਉਹਦੇ ਵਿੱਚ ਛੋਟੇ ਛੋਟੇ ਅਸੀਂ 15 ਜੰਗਲ ਵੀ ਬਣਾਏ ਆ, ਜਿੱਥੇ ਜਿੱਥੇ ਸਾਨੂੰ ਜਗ੍ਹਾ ਮਿਲੀ ਗਈ ਜਾਂ ਮਿਲ ਰਹੀ ਆ ਅਸੀਂ ਉੱਥੇ ਉੱਥੇ ਜਿਹੜੇ ਜੰਗਲ ਲਾ ਰਹੇ ਹਾਂ। ਅਤੇ ਸਾਡੀ ਪੰਚਾਇਤ, ਸਾਡੇ ਹੋਰ ਕਲੱਬ ਅਤੇ ਸਾਡੇ ਪਿੰਡ ਦੇ ਲੋਕ ਸਾਡਾ ਫੁੱਲ ਸਹਿਯੋਗ ਦੇ ਰਹੇ ਹਾਂ। ਹਾਂਜੀ, ਗੱਲ ਆਪਾਂ ਜੰਗਲਾਂ ਦੀ ਕਰੀਏ, ਉਹਦੇ ਵਿੱਚ ਬਹੁਤ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਪਾਈਆਂ ਜਾਂਦੀਆਂ, ਜਿਵੇਂ ਚਿੜੀ ਹੋ ਗਈ, ਕਠਫੋੜਾ ਹੋ ਗਿਆ, ਬਸੰਤਾ ਹੋ ਗਿਆ, ਅਤੇ ਫਿਰ ਗਿਟਾਰ ਹੋ ਗਈ, ਤੋਤੇ ਹੋ ਗਏ, ਅਤੇ 7 ਭੈਣਾਂ ਜਿਹਨੂੰ ਆਪਾਂ ਸਿਰੜੀ ਕਹਿੰਦੇ ਹਾਂ, ਮਮੋਲੇ ਹੋ ਗਏ, ਮੁਣੀਆਂ ਹੋ ਗਈਆਂ, ਅਤੇ ਫਿਰ ਚੁਗਲ ਹੋ ਗਏ, ਕੋਚਰ ਜਾਣੀ ਉੱਲੂ ਹੋ ਗਏ, ਅਤੇ ਇੱਦਾਂ ਦੇ ਬਹੁਤ ਸਾਰੇ ਪੰਛੀ ਜਿਹੜੇ ਹੈਗੇ ਆਪਣੇ ਜੰਗਲਾਂ ਦੇ ਵਿੱਚ ਹੈਗੇ ਨੇ। ਤੁਹਾਡੇ ਇਸ ਮਾਹੌਲ ਨੂੰ ਦੇਖਣ ਵਾਸਤੇ ਦੂਰ ਦੁਰਾਡੇ ਲੋਕ ਵੀ ਇੱਥੇ? ਹਾਂਜੀ, ਬਹੁਤ ਪੂਰੇ ਪੰਜਾਬ 'ਚੋਂ ਸਾਡੇ ਕੋਲ ਲੋਕ ਆਉਂਦੇ ਆ, ਕਿਉਂਕਿ ਇੰਨੇ ਪੰਛੀ ਕਿਸੇ ਹੋਰ ਪਿੰਡ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੇ ਅਤੇ ਜਿਹੜੇ ਸਾਡੇ ਪਿੰਡ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ। ਬਹੁਤ ਵਧੀਆ ਉਪਰਾਲਾ ਵੀ ਜੀ, ਉੱਥੇ ਹੁਣ ਅਸੀਂ ਬਾਹਰ ਰਹਿੰਦੇ ਹਾਂ ਅਤੇ ਸਾਨੂੰ ਆਹਾ ਜਿੱਦਾਂ ਚਿੜੀਆਂ ਪੰਛੀ ਆ ਰੋਜ਼, ਜਿੱਦਾਂ ਸਮਰ ਹੁੰਦੀ ਆ, ਕੋਇਲਾਂ ਬੋਲਦੀ ਆ, ਹੈ ਨਾ, ਇਹ ਚੀਜ਼ਾਂ ਬੜੀਆਂ ਮਿਸ ਕਰਦੇ ਹਾਂ। ਹੁਣ ਇੱਥੇ ਆ ਕੇ ਦੇਖਦੇ ਹਾਂ, ਹੁਣ ਉਹ ਹੈ ਹੀ ਨਹੀਂ, ਘੱਟ ਗਈਆਂ ਬਹੁਤ ਹੀ, ਪਤਾ ਨਹੀਂ ਵਾਤਾਵਰਨ ਖਰਾਬ ਆ, ਪ੍ਰਦੂਸ਼ਣ ਆ, ਹੈ ਨਾ, ਕੋਈ ਕਿਸੇ ਨੂੰ ਪਰਵਾਹ, ਕੋਈ ਕੇਅਰ ਨਹੀਂ ਕਰਦਾ ਉਹਨਾਂ ਦੀ, ਹੈ ਨਾ। ਪਰ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਵੀਰੇ, ਹੁਣ ਇਹਨਾਂ ਨਾਲ ਮੇਰਾ ਕੰਟੈਕਟ ਹੁੰਦਾ ਹੁੰਦਾ ਜਾਂ ਫੇਸਬੁੱਕ 'ਤੇ ਦੇਖਦੇ ਹੁੰਦੇ, ਮਤਲਬ 2008 ਤੋਂ ਇਹਨਾਂ ਨੇ ਕੀਤਾ ਹੋਇਆ ਆਪਣਾ, ਅਤੇ ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਥਾਂ ਥਾਂ ਦੇਖਦਾ, ਨਾਲ ਨਹੀਂ ਲੱਗੇ ਹੋਏ, ਫਿਰ ਖਿਆਲ 'ਚ ਕਦੇ ਨਹੀਂ ਮੈਂ ਕਿਸੇ ਦੇਖਿਆ, ਪਿੰਡਾਂ 'ਚ ਜਾਂਦੇ ਰਹੇ ਨੇ ਇੱਧਰ ਉੱਧਰ, ਕਦੇ ਨਹੀਂ ਦੇਖਿਆ ਵੀ ਇਹੋ ਜਿਹਾ ਕੋਈ ਉਪਰਾਲਾ ਕਰਦਾ। ਮੇਰੇ ਨਿਆਣੇ ਉੱਥੇ ਜੇ ਅਸੀਂ ਉੱਥੇ ਵੀਡੀਓ ਕਾਲ ਕਰਦਾ ਹੁੰਦਾ ਮੇਰੇ ਇਹਨਾਂ ਨੂੰ, ਉਹ ਚਿੜੀ ਜਾਂ ਕੋਈ ਹੋਰ ਜਾਨਵਰ ਦੇਖ ਕੇ ਇੰਨਾ ਖੁਸ਼ ਹੁੰਦੇ ਆ, ਕਿਉਂਕਿ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਉੱਥੇ। ਠੰਡ ਬਹੁਤ ਆ ਜਾਂ ਬਹੁਤ ਘੱਟ ਗਈ ਜੀ ਉੱਥੇ, ਕੀ ਆ ਜਾਂ ਤੇਲ ਆ, ਕੋਈ ਬਾਹਲੀ ਖੇਤੀਬਾੜੀ ਨਹੀਂ ਹੈਗੀ, ਉਹਨਾਂ ਦਾ ਖਾਣਾ ਪਾਣੀ ਨਹੀਂ ਮਿਲਦਾ ਉਹਨਾਂ ਨੂੰ, ਹੈ ਨਾ।
ਇੱਥੇ ਸਾਰਾ ਕੁਛ ਹੈਗਾ ਆਪਣੇ ਤਾਂ ਆਪਣੇ ਤਾਂ ਚਹਿਲ ਪਹਿਲ ਬਹੁਤ ਹੁੰਦੀ ਸੀ ਜਿਹੜੇ ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰਦੇ ਹੁੰਦੇ ਆ ਹੁਣ ਤਾਂ ਬਹੁਤ ਜ਼ਿਆਦਾ ਜੀ ਆਪਾਂ ਬਹੁਤ ਲੋਸ ਕਰਤਾ ਸਾਡੇ ਪਿੰਡ ਦੇ ਸਰਪੰਚ ਸਾਹਿਬਾਨ ਸਾਰੇ ਇਹਨਾਂ ਦੀ ਵਧੀਆ ਸਪੋਰਟ ਕਰ ਰਹੇ ਮੈਨੂੰ ਪਤਾ ਜਦੋਂ ਇਹਨਾਂ ਨੇ ਸਟਾਰਟ ਕੀਤਾ ਸੀ 5-7 ਕੁ ਜਾਣੇ ਸੀ ਵਿਚਾਰੇ ਸਾਨੂੰ ਵੀ ਲੱਗਦਾ ਹੁੰਦਾ ਮੈਂ ਕਿਹਾ ਯਾਰ ਨਵੀਂ ਚੀਜ਼ ਆ ਹੈ ਨਾ ਪਰ ਹੁਣ ਪਤਾ ਲੱਗਦਾ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਬਹੁਤ ਗੁੱਡ ਆ ਜੀ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਮਿਹਰਬਾਨੀ ਆ ਇਹਨਾਂ ਦੀ ਚੰਗਾ ਕੰਮ ਅਸੀਂ ਵੀ ਆਉਂਦੇ ਜਾਂਦੇ ਰਹਾਂਗੇ ਇੱਥੇ ਸੋਹਣਾ ਹੋਵੇ ਰਾਈਟ ਜਵਾਕ ਵੀ ਲਾਈਕ ਕਰਦੇ ਆ ਇੱਥੇ ਆਉਣਾ ਅਤੇ ਵਧੀਆ ਚੀਜ਼ ਹੈ ਜੀ ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।